ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਕਿਸ ਦਾ ਪਲੜਾ ਭਾਰੀ ਲੱਗ ਰਿਹਾ? ਦੇਖੋ, ਪੰਜਾਬੀਆਂ ਦੇ ਸੁਭਾਅ ਦਾ ਗੱਲ ਕੀਤੀ ਜਾਵੇ ਤਾਂ ਅੰਕੜੇ ਕੁਛ ਹੋਰ ਹੁੰਦੇ ਆ। ਪਿਛਲੀਆਂ ਵਾਰ ਦੀਆਂ ਚੋਣਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਆਉਂਦਾ, ਉਸ ਤੋਂ ਪਹਿਲਾਂ ਕਾਂਗਰਸ ਨੂੰ ਸਪਸ਼ਟ ਬਹੁਮਤ ਆਉਂਦਾ, ਅਤੇ ਉਹ ਰੀਤ ਹੈ ਜਿਹੜੀ ਉਹ ਵਿੱਚ ਵਿਚਾਲੇ ਵਾਲੀ ਹਮੇਸ਼ਾ ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਦੇ ਚੋਣ ਦੇ ਨਤੀਜੇ ਨੇ ਜਿਹੜੇ ਉਹ ਵਿਧਾਨ ਸਭਾ ਤੋਂ ਬਿਲਕੁਲ ਵੱਖਰੇ ਰਹਿੰਦੇ ਨੇ। ਹਾਲਾਂਕਿ ਸੱਤਾ ਧਿਰ ਪ੍ਰਭਾਵਿਤ ਜ਼ਰੂਰ ਕਰਦੀ ਰਹੀ ਹੈ। 2009 ਦੇ ਵਿੱਚ ਜਦ ਜਿਹੜਾ ਸ਼੍ਰੋਮਣੀ ਅਕਾਲੀ ਦਲ 2007 ਤੋਂ ਲੈ ਕੇ 2017 ਤੱਕ ਇਲੈਕਸ਼ਨ ਦੇ ਵਿੱਚ ਸੀ ਤਾਂ ਕਾਂਗਰਸ ਨੇ ਚੰਗੇ ਨਤੀਜੇ ਹਾਸਲ ਕੀਤੇ ਸੀ 2009 ਦੀਆਂ ਚੋਣਾਂ ਦੇ ਵਿੱਚ, ਅਤੇ ਜਦ 2000 ਬਾਅਦ ਦੇ ਵਿੱਚ 14 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਸੀ ਤਾਂ ਉਦੋਂ ਉਨੇ ਚੰਗੇ ਨਤੀਜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਨਹੀਂ ਆਏ ਸੀ, ਅਤੇ 2014 ਦੇ ਵਿੱਚ 4 ਸੀਟਾਂ ਸ਼੍ਰੋਮਣੀ ਅਕਾਲੀ ਦਲ ਲਿਜਾ ਸਕਿਆ ਸੀ, ਅਤੇ 2019 ਦੇ ਵਿੱਚ ਜ਼ਰੂਰ ਸੱਤਾ ਧਿਰ ਦੇ ਹੱਕ ਦੇ ਵਿੱਚ ਲੋਕ ਭੁਗਤਦੇ ਦਿਖਾਈ ਦਿੱਤੇ ਜਦ ਕਾਂਗਰਸ ਦੀ ਸਰਕਾਰ ਸੀ, ਅਤੇ 8-9 ਸੀਟਾਂ ਦੇ ਉੱਤੇ ਕਾਂਗਰਸ ਹੈ ਜਿਹੜੀ ਉਹ ਜਿੱਤਣ ਦੇ ਵਿੱਚ ਕਾਮਯਾਬ ਰਹੀ ਸੀ, ਅਤੇ ਕਿਤੇ ਨਾ ਕਿਤੇ ਸੱਤਾ ਧਿਰ ਹੈ ਜਿਹੜੀ ਪ੍ਰਭਾਵਿਤ ਹੁੰਦੀ ਹੈ। ਹੁਣ ਤੱਕ ਜਿਹੜੇ ਰੁਝਾਨ ਆ ਰਹੇ ਨੇ ਉਹਨਾਂ ਦੇ ਵਿੱਚ ਕੁਝ ਕੁ ਚੈਨਲ ਨੇ ਜਿਹੜੇ ਉਹ ਕਾਂਗਰਸ ਨੂੰ 7-8 ਸੀਟਾਂ ਦੇ ਰਹੇ ਨੇ ਅਤੇ ਕੁਝ ਕੁ ਆਮ ਆਦਮੀ ਪਾਰਟੀ ਨੂੰ ਦੇ ਰਹੇ ਨੇ, ਪਰ ਬਤੌਰ ਪੰਜਾਬੀ ਅਤੇ ਬਤੌਰ ਪੱਤਰਕਾਰ ਮੈਨੂੰ ਇਹ ਲੱਗਦਾ ਕਿ ਪੰਜਾਬੀ ਰੁਝਾਨਾਂ ਦੇ ਹਿਸਾਬ ਨਾਲ ਨਹੀਂ ਚੱਲਦੇ, ਉਹਨਾਂ ਦੇ ਮੂਡ 'ਤੇ ਡਿਪੈਂਡ ਹੁੰਦਾ ਕਿ ਕਿਹੜੀ ਪਾਰਟੀ ਨੂੰ ਕਦੋਂ ਜਿਤਾਉਣਾ, ਕਿਉਂਕਿ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਇਹ ਮੰਨਿਆ ਜਾ ਰਿਹਾ ਸੀ ਕਿ ਅਕਾਲੀ ਦਲ ਵੀ ਮਜ਼ਬੂਤ ਧਿਰ ਹੈ, ਕਾਂਗਰਸ ਵੀ ਮਜ਼ਬੂਤ ਧਿਰ ਹੈ ਅਤੇ ਆਮ ਆਦਮੀ ਪਾਰਟੀ ਮਜ਼ਬੂਤ ਧਿਰ ਹੈ, ਪਰ ਫੈਸਲਾ ਇੱਕ ਪਾਸੜ ਹੋਇਆ ਅਤੇ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਮਿਲੇ ਸੀ, ਪਰ ਹੁਣ ਜਿਹੜੀਆਂ 2-2.5 ਸਾਲ ਸਰਕਾਰ ਬਣੀ ਨੂੰ ਵੀ ਹੋ ਗਏ ਨੇ, ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਪੰਥਕ ਤੌਰ 'ਤੇ ਆਪਣੇ ਜਿਹੜੀਆਂ ਸਿਧਾਂਤਾਂ ਲਈ ਜਾਣਿਆ ਜਾਂਦਾ 2-3 ਸਾਲਾਂ ਤੋਂ, ਭਾਵੇਂ ਉਹਨਾਂ ਦੇ ਵਿਰੋਧੀ ਹੀ ਕਿਉਂ ਨਾ ਹੋਣ, 2-3 ਸਾਲਾਂ ਤੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੰਥਕ ਸੋਚ ਨੂੰ ਲੈ ਕੇ ਉਹ ਅੱਗੇ ਵਧੇ ਨੇ। ਹਾਲਾਂਕਿ ਅੰਦਰ ਦੀ ਗੱਲ ਕੀ ਹੈ ਕਿ ਬੀਜੇਪੀ ਦੇ ਨਾਲ ਸਿਰਫ ਸੀਟਾਂ ਦੀ ਸ਼ੇਅਰਿੰਗ ਨੂੰ ਲੈ ਕੇ ਜਿਹੜਾ ਕਿਸੇ ਨਤੀਜੇ 'ਤੇ ਗੱਲਬਾਤ ਨਹੀਂ ਪਹੁੰਚੀ, ਜਾਂ ਫਿਰ ਅਸਲ ਦੇ ਵਿੱਚ ਹੀ ਸਿਧਾਂਤਾਂ ਦੀ ਗੱਲ ਸੀ, ਇਹ ਤਾਂ ਅਕਾਲੀ ਦਲ ਅਤੇ ਬੀਜੇਪੀ ਦੱਸ ਸਕਦੀ ਹੈ। ਪਰ ਜਿਹੜੀਆਂ ਗੱਲਾਂ ਬਾਹਰ ਆਈਆਂ ਨੇ ਉਹਦੇ ਅਕੋਰਡਿੰਗ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹ ਕਹਿੰਦਾ ਕਿ ਸੁਖਬੀਰ ਬਾਦਲ ਵਾਰ ਵਾਰ ਇਹ ਕਹਿੰਦੇ ਨੇ ਕਿ ਭਾਵੇਂ 24 ਹੋਵੇ, ਇਸ ਵਾਰ ਵੀ ਇੱਕ ਸੀਟ ਨਾ ਆਵੇ, ਭਾਵੇਂ 27 ਦੀਆਂ ਵਿਧਾਨ ਸਭਾ ਹੋਣ ਉਹਨਾਂ ਦੇ ਵਿੱਚ ਵੀ ਇੱਕ ਸੀਟ ਨਾ ਆਵੇ, ਪਰ ਮੈਂ ਪੰਜਾਬ ਅਤੇ ਪੰਥ ਦੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰਾਂਗਾ, ਤਾਂ ਕਿਤੇ ਨਾ ਕਿਤੇ ਕਿਸਾਨੀ ਵੋਟ ਨੂੰ ਅਤੇ ਪੰਥਕ ਵੋਟ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਰਦਾ ਹੋਇਆ ਦਿਖਾਈ ਦੇ ਰਿਹਾ। ਅਤੇ ਉੱਧਰ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੀ ਇਹ ਕਹਿੰਦੀ ਦਿਖਾਈ ਦਿੰਦੀ ਹੈ, ਕਿਉਂਕਿ 10 ਸਾਲ ਕਰੀਬ ਉਹਨਾਂ ਨੂੰ ਸੱਤਾ ਦੇ ਵਿੱਚ ਉਹ ਗਏ, ਉਹਨੂੰ ਬਾਹਰ ਹੋ ਗਏ ਨੇ ਦੇਸ਼ ਦੇ ਵਿੱਚ, ਤਾਂ ਉਹ ਕਿਤੇ ਨਾ ਕਿਤੇ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਲੋਕਤੰਤਰ ਖਤਰੇ ਦੇ ਵਿੱਚ ਹੈ, ਵਿਰੋਧੀਆਂ ਦੇ ਉੱਤੇ ਏਜੰਸੀਆਂ, ਕੇਂਦਰੀ ਏਜੰਸੀਆਂ ਨੇ ਜਿਹੜੀਆਂ ਉਹਨਾਂ ਦੇ ਥਰੂ ਦਬਦਬਾ ਬਣਾਇਆ ਜਾ ਰਿਹਾ, ਅਤੇ ਜੇਕਰ ਸੰਵਿਧਾਨ ਨੂੰ ਬਚਾਉਣਾ, ਲੋਕਤੰਤਰ ਨੂੰ ਬਚਾਉਣਾ, ਤਾਂ ਤੁਸੀਂ ਕਾਂਗਰਸ ਨੂੰ ਵਾਪਸ ਲੈ ਕੇ ਆਓ, ਜੋ 70 ਸਾਲਾਂ ਦੇ ਵਿੱਚ ਅਸੀਂ ਕੰਮ ਕੀਤੇ ਸੀ ਉਹ ਬੜੇ ਕਮਾਲ ਦੇ ਸੀ, ਇਹਨਾਂ ਨੇ 10 ਸਾਲਾਂ ਦੇ ਵਿੱਚ ਜਿਹੜੀ ਫੱਟੀ ਆ ਉਹ ਪੋਜ ਦਿੱਤੀ ਆ, ਤਾਂ ਸਾਰੀਆਂ ਜਿਹੜੀਆਂ ਧਿਰਾਂ ਨੇ ਉਹ ਆਪਣੇ ਆਪਣੇ ਦਾਅਵੇ ਠੋਕ ਰਹੀਆਂ ਨੇ, ਉਹ ਭਾਵੇਂ ਦੇਸ਼ ਲੈਵਲ ਦੀ ਗੱਲ ਹੋਵੇ, ਭਾਵੇਂ ਪੰਜਾਬ ਲੈਵਲ ਦੀ ਗੱਲ ਹੋਵੇ, ਪਰ ਗੱਲ ਆਖਰ ਗੱਲ ਖੜੀ ਆ ਜਿਹੜੀ ਲੋਕਾਂ ਦੇ, ਉਹਨਾਂ ਦਾ ਮੂਡ ਕੀ ਹੈ, ਕਿਉਂਕਿ ਮੂਡ 'ਤੇ ਡਿਪੈਂਡ ਕਰਦਾ ਕਿ ਇੱਕ ਚੀਜ਼ ਤਾਂ ਕਲੀਅਰ ਹੈ ਸੁਪਰੀਆ ਕਿ ਜੇਕਰ ਅਸੀਂ ਅੰਕੜਿਆਂ ਦੇ ਦੌਰ ਦੇ ਵਿੱਚ ਜਾਈਏ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਬਣਨਗੀਆਂ, ਪਿਛਲੀ ਵਾਰ ਕਿਹੜੀ ਜਾਤ ਦੀਆਂ ਕਿੰਨੀਆਂ ਵੋਟਾਂ ਨੇ, ਕਿਹੜੇ ਧਰਮ ਦੀਆਂ ਕਿੰਨੀਆਂ ਵੋਟਾਂ ਨੇ, ਕਿਹੜੀ ਪਾਰਟੀ ਦਾ ਕਿੰਨਾ ਦਬਦਬਾ, ਕਾਡਰ ਦਾ ਨਤੀਜੇ ਕੀ ਨੇ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ
ਇਹ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਲਗਭਗ ਬਰਾਬਰ ਸੀਟਾਂ ਲੈ ਜਾਵੇ ਅਤੇ ਇੱਕ ਅੱਧੀ ਸੀਟ ਹੈ ਜਿਹੜੀ ਉਹ ਬੀਜੇਪੀ ਨੂੰ ਆ ਸਕਦੀ ਹੈ, ਕਿਉਂਕਿ ਪਹਿਲੀ ਵਾਰ ਇਹ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਅਲੱਗ ਅਲੱਗ ਇਲੈਕਸ਼ਨ ਲੜ ਰਹੇ ਨੇ, ਤਾਂ ਉਹਦਾ ਫਾਇਦਾ ਅਤੇ ਨੁਕਸਾਨ ਦੋਵੇਂ ਪਾਰਟੀਆਂ ਨੂੰ ਜ਼ਰੂਰ ਹੋਣਾ, ਕਿਉਂਕਿ ਜਿਹੜੀ ਕਾਡਰ ਵੋਟ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੱਕੀ ਮੰਨੀ ਜਾਂਦੀ ਸੀ, ਖਾਸ ਤੌਰ 'ਤੇ ਮਾਲਵੇ ਵਾਲੇ ਇਲਾਕੇ ਦੇ ਵਿੱਚ, ਜਾਂ ਫਿਰ ਜਦ ਵੀ ਸ਼੍ਰੋਮਣੀ ਅਕਾਲੀ ਦਲ ਭਾਵੇਂ ਜਿੱਤੇ ਆ ਭਾਵੇਂ ਹਾਰੇ ਆ, ਉਦੋਂ ਉਹਨਾਂ ਦੀ ਜਿਹੜੀ ਪੱਕੀ ਵੋਟ ਬੈਂਕ ਹੈ ਬਾਈ ਇਲੈਕਸ਼ਨ ਸੰਗਰੂਰ ਵਾਲੀ, ਬਾਈ ਇਲੈਕਸ਼ਨ ਨੂੰ ਛੱਡ ਦਿੱਤਾ ਜਾਵੇ ਤਾਂ ਕਾਂਗਰਸ ਅਤੇ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਭਾਵੇਂ ਜਿੱਤੇ ਆ ਭਾਵੇਂ ਹਾਰਿਆ, ਪਰ ਜਿਹੜੀ ਉਹਦੀ ਪੱਕੀ ਵੋਟ ਬੈਂਕ ਆ ਉਹਨੂੰ ਜ਼ਰੂਰ ਪੈਂਦੀ ਰਹੀ ਆ ਸੰਗਰੂਰ ਬਾਈ ਇਲੈਕਸ਼ਨ ਤੋਂ ਇਲਾਵਾ। ਜਿਹੜੀ ਜਲੰਧਰ ਬਾਈ ਇਲੈਕਸ਼ਨ ਹੋਈ ਸੀ ਉਸ ਦੇ ਵਿੱਚ ਵੀ ਬੀਜੇਪੀ ਵੱਲੋਂ ਅਟਵਾਲ ਲੜੇ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁੱਖੀ ਲੜੇ ਸੀ, ਤਾਂ ਦੋਨਾਂ ਦੀਆਂ ਵੋਟਾਂ ਰਲਾ ਕੇ ਰਿੰਕੂ ਦੇ ਬਰਾਬਰ ਹੋ ਜਾਂਦੀਆਂ ਨੇ, 3,00,000 ਉਹਨਾਂ ਨੂੰ ਵੋਟਾਂ ਪਈਆਂ ਸੀ ਅਤੇ 3,00,000 ਵੋਟਾਂ ਹੋ ਜਾਂਦੀਆਂ ਦੋਵਾਂ ਦੀਆਂ ਮਿਲਾ ਕੇ, ਤਾਂ ਜਿਹੜੀ ਪੱਕੀ ਵੋਟ ਬੈਂਕ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਦੀ ਰਹੀ ਹੈ। ਇੱਕ ਅੱਧੀ ਵਾਰ ਨੂੰ ਜਿਹੜਾ ਪਿਛਲੀ ਵਾਰ ਦਾ ਸੰਗਰੂਰ ਦਾ ਉਹਨਾਂ ਦਾ ਰਾਜੋਆਣਾ ਦੀ ਭੈਣ ਨੂੰ ਲੜਾਉਣ ਦਾ ਫੈਸਲਾ ਸੀ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿਰੋਧ ਦੇ ਵਿੱਚ ਭੁਗਤਿਆ, ਹਾਲਾਂਕਿ ਇਹ ਵੀ ਕਿਹਾ ਜਾਂਦਾ ਕਿ ਜਦੋਂ ਦੀਪ ਸਿੱਧੂ ਹੁਰੀ ਇਸ ਦੁਨੀਆ ਤੋਂ ਗਏ ਫਿਰ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਅਤੇ ਇਮੋਸ਼ਨਲ ਹੋ ਕੇ ਕਹਿੰਦੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤੇ, ਪਰ ਇਮੋਸ਼ਨਲ ਹੋਣਾ ਜਾਂ ਨਹੀਂ ਹੋਣਾ, ਇਲੈਕਸ਼ਨ ਬਿਲਕੁਲ ਨੇੜੇ ਆ ਕੇ ਕੀ ਬਣ ਜਾਣਾ, ਇਹ ਤਾਂ ਉਦੋਂ ਦੇ ਵੇਲੇ ਦੀਆਂ ਗੱਲਾਂ ਹੁੰਦੀਆਂ ਨੇ, ਪਰ ਜਿੱਤ ਤਾਂ ਜਿੱਤ ਹੈ ਅਤੇ ਕਿਉਂਕਿ ਜੇਕਰ ਇਹ ਤਰਕ ਵੀ ਦਿੱਤਾ ਜਾ ਸਕਦਾ, ਕਿਉਂਕਿ 2014 ਦੇ ਵਿੱਚ ਖਡੂਰ ਸਾਹਿਬ ਤੋਂ ਸਿਮਰਜੀਤ ਸਿੰਘ ਮਾਨ ਚੰਗੀਆਂ ਵੋਟਾਂ ਲੈਂਦੇ ਨੇ, 2004 ਦੇ ਵਿੱਚ ਸੰਗਰੂਰ ਤੋਂ ਚੰਗੀਆਂ ਵੋਟਾਂ ਲੈਂਦੇ ਨੇ, ਹਾਲਾਂਕਿ ਜਿੱਤੇ ਦੋਨੇ ਵਾਰ ਨਹੀਂ, ਅਤੇ 99 ਦੇ ਵਿੱਚ ਵੀ ਉਹ ਜਿੱਤਦੇ ਆ ਅਤੇ 1999 ਦੇ ਵਿੱਚ ਵੀ ਉਹ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ, ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਆਪਣਾ ਵੀ ਇੱਕ ਆਧਾਰ ਹੈ, ਆਪਣਾ ਵੀ ਇੱਕ ਕਾਡਰ ਹੈ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਭੁਗਤਦਾ, ਪੰਥਕ ਵੋਟਾਂ ਦੇ ਤੌਰ 'ਤੇ ਭੁਗਤਦਾ, ਤਾਂ ਕਿਸੇ ਵੀ ਵਿਅਕਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਸੇ ਵੀ ਕਾਰਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਮੈਨੂੰ ਲੱਗਦਾ, ਜੋ ਸ਼ਾਇਦ ਮੈਂ ਗਲਤ ਵੀ ਹੋ ਸਕਦਾ, ਪਰ ਮੈਨੂੰ ਇਹ ਲੱਗਦਾ ਕਿ ਦੇਸ਼ ਦੇ ਵਿੱਚ, ਵੈਸੇ ਤਾਂ ਸਾਡੇ ਦੇਸ਼ ਨੂੰ ਸੈਕੂਲਰ ਦੇਸ਼ ਮੰਨਿਆ ਜਾਂਦਾ, ਪਰ ਅਸਲ ਦੇ ਵਿੱਚ ਦੇਸ਼ ਦੇ ਵਿੱਚ ਜੇਕਰ ਕੋਈ ਇਲਾਕਾ ਸੂਬਾ ਸੈਕੂਲਰ ਹੈ ਉਹ ਪੰਜਾਬ ਹੈ, ਅਤੇ ਇੱਥੇ ਜੇਕਰ ਸ਼੍ਰੋਮਣੀ ਅਕਾਲੀ ਦਲ ਜਿੱਤੇ ਆ ਤਾਂ ਉਹ ਸਾਰੇ ਧਿਰਾਂ ਨੇ ਹੀ ਵੋਟਾਂ ਪਾਈਆਂ ਨੇ, ਉਹ ਭਾਵੇਂ ਹਿੰਦੂ ਭਾਈਚਾਰਾ ਹੋਵੇ, ਕ੍ਰਿਸਚਨ ਭਾਈਚਾਰਾ ਹੋਵੇ, ਮੁਸਲਿਮ ਭਾਈਚਾਰਾ ਹੋਵੇ, ਜਾਂ ਫਿਰ ਸਾਡੇ ਹੋਰ ਵਰਗਾਂ ਦੀ, ਜਾਤਾਂ ਦੀ, ਧਰਮਾਂ ਦੇ ਤੌਰ 'ਤੇ ਗੱਲ ਕੀਤੀ ਜਾਵੇ, ਜਦੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਈਆਂ ਤਾਂ ਸਾਰੇ ਪੰਜਾਬ ਨੇ ਵੀ ਰੱਜ ਕੇ ਪਾਈਆਂ, ਜਦੋਂ ਕਾਂਗਰਸ ਨੂੰ ਪਾਈਆਂ ਤਾਂ ਕਾਂਗਰਸ ਨੂੰ ਪਾਈਆਂ ਨੇ, ਅਤੇ ਜਦ ਹੁਣ ਆਮ ਆਦਮੀ ਪਾਰਟੀ ਨੂੰ ਪਾਈਆਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਨੇ। ਅਸਲ ਦੇ ਵਿੱਚ ਸੱਚਮੁੱਚ ਸੈਕੂਲਰ ਹੈ ਤਾਂ ਇਹ ਪੰਜਾਬ ਹੀ ਮੰਨਿਆ ਜਾ ਸਕਦਾ, ਇੱਥੇ ਜਿਹੜੀ ਧਰਮਾਂ ਦੀ ਰਾਜਨੀਤੀ ਹੁੰਦੀ ਹੈ, ਜਾਤਾਂ ਦੀ ਰਾਜਨੀਤੀ ਹੁੰਦੀ ਹੈ, ਕਿਸੇ ਧਰਮ ਨੂੰ ਉੱਪਰ ਚੱਕ ਦੇਣਾ, ਕਿਸੇ ਇੱਕ ਧਰਮ ਦੀ ਗੱਲਬਾਤ ਕਰੀ ਜਾਣੀ, ਉਹ ਟ੍ਰਿਕਸ ਨੇ ਜਿਹੜੀਆਂ ਉਹ ਇਸ ਪੰਜਾਬ ਦੇ ਵਿੱਚ ਨਹੀਂ ਚੱਲਣੀਆਂ, ਅਤੇ ਇੱਥੇ ਮੂਰਤੀ ਡਿਪੈਂਡ ਕਰਦਾ ਹੁੰਦਾ, ਸੁਭਾਅ 'ਤੇ ਡਿਪੈਂਡ ਕਰਦਾ ਕਿ ਪੰਜਾਬੀ ਜਿੱਧਰ ਖੜ੍ਹਦੇ ਨੇ ਉਹ ਲਕੀਰ ਖਿੱਚ ਕੇ ਹੀ ਖੜ੍ਹਦੇ ਨੇ, ਅਤੇ ਆਮ ਆਦਮੀ ਪਾਰਟੀ ਨਾਲ ਵੀ ਖੜ੍ਹੇ ਨੇ ਕਈ ਸੀਟਾਂ, ਖਾਸ ਤੌਰ 'ਤੇ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਆਪਾਂ ਗੱਲ ਕਰ ਰਹੇ ਸੀ। ਸੰਗਰੂਰ ਦੇ ਵਿੱਚ ਖਾਸ ਤੌਰ 'ਤੇ ਤੁਸੀਂ ਹੁਣ ਇੰਟਰਸਟਿੰਗ ਚੀਜ਼ਾਂ ਦੇਖੋ ਕਿ ਸੰਗਰੂਰ ਸੀਟ ਦੇ ਵਿੱਚ ਕਮਿਊਨਿਟੀ ਵੀ ਜਿੱਤੇ ਹੋਏ ਨੇ, ਕਮਿਊਨਿਸਟ ਨੇ ਜਿਹੜੇ, ਉਹਨਾਂ ਨੂੰ ਵੀ ਵੋਟਾਂ ਪਈਆਂ ਨੇ, ਖਾਲਿਸਤਾਨੀਆਂ ਨੂੰ ਵੀ ਵੋਟਾਂ ਪਈਆਂ ਨੇ, ਕਾਂਗਰਸੀਆਂ ਨੂੰ ਪਈਆਂ ਨੇ, ਅਕਾਲੀ ਦਲ ਨੂੰ ਵੀ ਪਈਆਂ ਨੇ, ਅਤੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਵੋਟਾਂ ਪਈਆਂ ਨੇ, ਅਤੇ ਆਪਣੇ ਆਪ ਦੇ ਵਿੱਚ ਖਡੂਰ ਸਾਹਿਬ ਹੈ ਉੱਥੋਂ ਪੰਥਕ ਹਲਕਾ ਮੰਨਿਆ ਜਾਂਦਾ ਅਤੇ ਉੱਥੋਂ ਕਾਂਗਰਸ ਜਿੱਤ ਜਾਂਦੀ ਹੈ, ਅਤੇ ਜਿੱਥੇ ਜਿਹੜਾ ਗੁਰਦਾਸਪੁਰ ਹੈ ਉੱਥੋਂ ਵੀ ਕਾਂਗਰਸ ਜਿੱਤ ਜਾਂਦੀ ਹੈ, ਜਿੱਥੇ ਬੀਜੇਪੀ ਹੁਣ ਆਪਣਾ ਦਬਦਬਾ ਦੱਸਦੀ ਹੈ, ਕਹਿੰਦੀ ਹੈ ਕਿ ਅਸੀਂ ਬੜੇ ਮਜ਼ਬੂਤ ਹਾਂ, ਹਾਲਾਂਕਿ ਬੀਜੇਪੀ ਵੀ ਜਿੱਤਦੀ ਰਹੀ ਹੈ, ਪਰ ਜਿਹੜੇ ਅੰਕੜਿਆਂ ਦਾ ਖੇਡ ਉਹਨਾਂ ਨੂੰ ਵਿਗਾੜਨ ਦੇ ਵਿੱਚ ਪੰਜਾਬੀ ਬੜੇ ਮਸ਼ਹੂਰ ਨੇ, ਅਤੇ ਜੇਕਰ ਅੰਕੜਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਰਾਬਰੀ ਰਹਿਣੀਆਂ ਨੇ ਦੋਵੇਂ ਤਿੰਨੇ ਪਾਰਟੀਆਂ ਜਿਹੜੀਆਂ ਮੇਨ ਸਟ੍ਰੀਮ ਨੇ, ਅਤੇ ਬੀਜੇਪੀ ਇੱਕ ਅੱਧੀ ਸੀਟ 'ਤੇ ਰਹਿ ਸਕਦੀ ਹੈ, ਪਰ
ਮੈਨੂੰ ਇਹ ਲੱਗਦਾ ਕਿ ਜੇ ਇੱਕ ਪਾਰਟੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿੱਚੋਂ ਇੱਕ ਪਾਰਟੀ 8-9 ਸੀਟਾਂ ਇਸ ਵਾਰ ਪੰਜਾਬ ਦੇ ਵਿੱਚੋਂ ਲਿਜਾ ਰਹੀ ਹੈ।